सारे देखो सारे जिन कैरेक्टर्स ने नटखट है सारे कॉमेडी च है एक कल्ली कुड़ी है जिदे उत्ते ना रिस्पोंसिबिलिटी है लोगों को एक इनोसेंस दिखानी है कि वह कनैक्ट कर जो ए रहूगी बाकी रोने चाहिए ने। मैं तो एक रिलैक्स स्टूडेंट हाँ ਮਾਸਟਰ ਨੂੰ ਦੇਖ ਕੇ ਭੱਜਣ ਵਾਲੇ ਬੰਦੇ ਨੂੰ ਜਦੋਂ ਮਾਸਟਰ ਦਾ ਕਰੈਕਟਰ ਮਿਲਦਾ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਇਹ ਇੱਕ ਸੁਭਾਗੀ ਘੜੀ ਲਾ ਲਓ ਕਿ ਸਾਰਿਆਂ ਨੇ ਬਹੁਤ ਹੈਲਪ ਕੀਤੀ ਅਤੇ ਮੈਂ ਸਾਰਿਆਂ ਤੋਂ ਬਹੁਤ ਕੁਝ ਸਿੱਖਿਆ ਉਹ ਤੇਰੇ ਉੱਤੇ ਆ ਗਿਆ ਆ ਦਿਲ ਪਤਲੋ ਰੋਜ਼ ਰੋਜ਼ ਦੱਸ ਕਿੰਨੀਆਂ ਤੇ ਆਉਂਦਾ ਏ ਪੈਂਡਿੰਗ ਦੇ ਵਿੱਚ ਰੱਖੀ ਫਿਰਾਂ ਔਫਰਾਂ ਹੁਣ ਇਹ ਨਾ ਕਹੀਂ ਕਿ ਇਕੱਲਾ ਤੈਨੂੰ ਚਾਹੁੰਦਾ ਏ ਜਿੰਨੀ ਛੇਤੀ ਪੱਟਣੇ ਨੂੰ ਤੂੰ ਫਿਰਦੈ ਇੰਨੀ ਛੇਤੀ ਮਸਲੇ ਦਾ ਜੱਟਾ ਹੋਣਾ ਹੱਲ ਨੀ ਆਓ ਜੱਟ ਦੇ ਕਹੇ ਤੇ ਸਰਕਾਰ ਹਿੱਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਜੇ ਤੋਂ ਜਸਮੀਨ ਤੇ ਮੈਂ ਅੱਜ ਆਪਣਾ ਨਾਂ ਨਾ ਜਾਦੂ ਰੱਖ ਲੈਣਾ ਵੈਲਕਮ ਟੂ ਜਸ ਬਾਜਾ ਜੀ ਤੇ ਨਾ ਅਕਸ਼ਰ ਨਹੀਂ ਮਿਲੀ ਸੀ ਹਲੇ ਤੱਕ ਹੈ ਕੀ ਬਾਤ ਹੈ ਕੀ ਹਾਲ ਚਾਲ ਜੀ ਸਵਾਗਤ ਹੈ ਏਬੀਪੀ ਦੇ ਵਿੱਚ ਬਹੁਤ ਥੈਂਕ ਯੂ ਸੋ ਮਚ ਬੀਨ ਦੇ ਦੋ ਸਿਤਾਰੇ ਹੈਨਾ ਜਿਹੜੇ ਉਹਦੇ ਵਿੱਚ ਬਿਲਕੁਲ ਨਾਨ ਗਲੈਮਰਸ ਨੇ ਇੱਥੇ ਗਲੈਮਰ ਉੱਡ ਉੱਡ ਕੇ ਪੈ ਰਿਹਾ ਪਹਿਲਾਂ ਜੈਸਮੀਨ ਦਿਖਾ ਦੇ ਆਪਣਾ ਗਲੈਮਰ ਅੱਜ ਕੀ ਬਾਤ ਹੈ ਦੇਖੋ ਜਦੋਂ ਸਰਕਾਰ ਇਹੋ ਜਿਹੇ ਗਾਣੇ ਆਉਂਦੇ ਨੇ ਨਾ ਫਿਰ ਜ਼ਰੂਰੀ ਹੁੰਦਾ ਹੈ ਇੱਦਾਂ ਦਾ ਨਾ ਇਹਨੇ ਚੱਕਵੀਂ ਲੋਕੀ ਸਾਡੇ ਨਾਲ ਨੇ ਤਾਂ ਆਪਾਂ ਨਾ ਬਣ ਕੇ ਆਈਏ ਫਿਰ ਬੜੇ ਸਾਊ ਜੇ ਬਣ ਕੇ ਨਿਕਲੇ ਹੈ ਨਾ ਤੇ ਹੁਣ ਮੈਨੂੰ ਪਤਾ ਲੱਗੇ ਕਿ ਉਹਦਾ ਅਸਰ ਆ ਸੀਗੀ ਹੈ ਨਾ ਇੰਨੀ ਸਾਊ ਕੁੜੀ ਹੈ ਨਾ ਰੀਅਲ ਲਾਈਫ ਤੋਂ ਮੈਂ ਕਹਿੰਦਾ ਦੋਹਾਂ ਦੇ ਜਿਹੜੇ ਕਿਰਦਾਰ ਸੀ ਬਹੁਤ ਡਿਫਰੈਂਟ ਨੇ ਤੁਸੀਂ ਤੁਸੀਂ ਮਾਸਟਰ ਜੀ ਹੋ ਤੇ ਤੁਸੀਂ ਚਾਹ ਵਰਤਾਉਣੀਆਂ ਨੇ ਜਮਾ ਹੀ ਡਿਫਰੈਂਟ ਸੀ ਮੈਂ ਤਾਂ ਕਦੇ ਜ਼ਿੰਦਗੀ 'ਚ ਸਕੂਲ 'ਚ ਨਹੀਂ ਮੈਂ ਪਹਿਲਾਂ ਕਹਿ ਕੇ ਹਟਿਆ ਇੰਟਰਵਿਊ 'ਚ ਕਿ ਮੈਂ ਤਾਂ ਇੱਕ ਨਲੈਕ ਸਟੂਡੈਂਟ ਹਾਂ ਮਾਸਟਰਾਂ ਨੂੰ ਦੇਖ ਕੇ ਭੱਜਣ ਵਾਲੇ ਬੰਦੇ ਨੂੰ ਜਦੋਂ ਮਾਸਟਰ ਦਾ ਕਰੈਕਟਰ ਮਿਲਦਾ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਪਰ ਉਦੋਂ ਮੈਂ ਜਿਵੇਂ ਸਰਕਾਰੀ ਸਕੂਲ 'ਚ ਪੜ੍ਹਿਆ ਤਾਂ ਸਾਡਾ ਇੱਕ ਮਾਸਟਰ ਹੁੰਦਾ ਸੀ ਮੇਰੇ ਦਿਮਾਗ 'ਚ ਉਹ ਆ ਗਿਆ ਕਿਉਂਕਿ ਮੇਰਾ ਕਰੈਕਟਰ ਉੱਦਾਂ ਦਾ ਸੀ ਥੋੜ੍ਹਾ ਅੜਬ ਮਾਸਟਰ ਸੀਗਾ ਉਹ ਅਤੇ ਉਹਨੇ ਉੱਥੇ ਮੈਨੂੰ ਬਹੁਤ ਕੰਮ ਦਿੱਤਾ ਲਾਈਕ ਜੋ ਪੁਰਾਣਾ ਤੁਸੀਂ ਵੀ ਸਕੂਲਾਂ 'ਚ ਪੜ੍ਹੇ ਹੋ ਉਦੋਂ ਤੁਹਾਨੂੰ ਪਤਾ ਅੱਜ ਕੱਲ੍ਹ ਤਾਂ ਮਾਸਟਰ ਕੁੱਟਣੋਂ ਹਟ ਗਏ ਪਹਿਲਾਂ ਮਾਸਟਰਾਂ ਦਾ ਡਰ ਬਹੁਤ ਹੁੰਦਾ ਸੀ ਅਤੇ ਉਹ ਚੀਜ਼ਾਂ ਜਦੋਂ ਮੈਂ ਆਪਦੇ ਆਪ ਚ ਅੰਦਰ ਰਿਲੇਟ ਕੀਤੀਆਂ ਕਿ ਹਾਂ ਯਾਰ ਸਾਡਾ ਉਹ ਮਾਸਟਰ ਉੱਦਾਂ ਦਾ ਹੁੰਦਾ ਸੀਗਾ ਅਤੇ ਮੈਨੂੰ ਉਹਨੇ ਬੈਨੀਫਿਟ ਦਿੱਤਾ ਕੀ ਬਾਤ ਹੈ ਵੈਸੇ ਤੁਸੀਂ ਕਦੀ ਇੱਦਾਂ ਚਾਹ ਵਰਤਾਈ ਇੰਨੀ ਸਾਊ ਬਣ ਕੇ ਨਹੀਂ ਮੈਂ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਪੜ੍ਹਾਈ ਵੀ ਨਹੀਂ ਹੋਣੀ ਨਹੀਂ ਪੜ੍ਹਾਈ ਮੈਂ ਨਾ ਫਿਲਮ 'ਚ ਇਹਨਾਂ ਲਈ ਕੁਕਿੰਗ ਕਰਦੀ ਹਾਂ ਮੈਂ ਇਹਨਾਂ ਦਾ ਸਾਰਾ ਖਾਣਾ ਜਿਹੜਾ ਉਹ ਮੈਂ ਬਣਾਉਂਦੀ ਹਾਂ ਮੈਂ ਭਜਵਾਉਂਦੀ ਹਾਂ ਅਤੇ ਉਹੀ ਗੱਲ ਆ ਕਿ ਮੇਰੇ ਲਈ ਇਹ ਰੋਲ ਤਾਂ ਬਿਲਕੁਲ ਮੇਰੇ ਓਪੋਜ਼ਿਟ ਸੀ ਤੁਸੀਂ ਦੇਖ ਰਹੇ ਹੋ ਮੈਂ ਇੱਕ ਤਾਂ ਹੈਗੀ ਨਹੀਂ ਮੈਂ ਬਹੁਤ ਬੋਲਦੀ ਹਾਂ ਮੇਰੇ ਸਾਰੇ ਪ੍ਰੋਡਿਊਸਰਸ ਡਾਇਰੈਕਟ ਸਭ ਨੂੰ ਪਤਾ ਹੁਣ ਤੱਕ ਕਿ ਮੈਂ ਬਹੁਤ ਬੋਲਦੀ ਹਾਂ ਅਤੇ ਉਸ ਤੋਂ ਬਾਅਦ ਇਹ ਸੀ ਕਿ ਯਾਰ ਇਹ ਚੀਜ਼ਾਂ ਮੈਂ ਕਦੇ ਪਿੰਡ ਦੀ ਲਾਈਫ ਹੀ ਨਹੀਂ ਦੇਖੀ ਮੈਨੂੰ ਨਹੀਂ ਪਤਾ ਅਤੇ ਜਦੋਂ ਮੈਨੂੰ ਇਹ ਰੋਲ ਮਿਲਿਆ ਮੈਂ ਸਭ ਤੋਂ ਪਹਿਲਾਂ ਇਹ ਗਿਆ ਮੈਂ ਨਾ ਓਬਜ਼ਰਵ ਕਰਨਾ ਸ਼ੁਰੂ ਕਰਤਾ ਮੈਂ ਕਿਹੋ ਜਿਹਾ ਕਿ ਮੈਂ ਕੀ ਕਰਾਂਗੀ ਅਤੇ ਬਹੁਤ ਹੀ ਜਦੋਂ ਮੈਨੂੰ ਮਜ਼ਾ ਵੀ ਆਉਂਦਾ ਨਹੀਂ ਕਿ ਤੇ ਕੁਛ ਕਰਨਾ ਨਹੀਂ ਹੈ ਤਾਂ ਹੀ ਹੋਏਗਾ ਐਕਚੁਅਲੀ ਮੇਰੇ ਜਿਹੜੇ ਰਾਈਟਰ ਨੇ ਸੁਖਰਾਜ ਸਰ ਉਹਨਾਂ ਨੇ ਦੇਖੋ ਰਾਈਟਰ ਹੀ ਸੋਚ ਸਕਦਾ ਉਹ ਜਦੋਂ ਲਿਖਦਾ ਨਾ ਉਹਨੇ ਸੋਚ ਲਿਆ ਕਿਵੇਂ ਹੋਣੀ ਚਾਹੀਦੀ ਉਹਨਾਂ ਨੇ ਮੈਨੂੰ ਕਹਿਤਾ ਸੀ ਕਿ ਯਾਰ ਇਹ ਕੁੜੀ ਜਿਹੜੀ ਹੈਗੀ ਨਾ ਬੋਲਦੀ ਨਹੀਂ ਪਰ ਇਹਨੂੰ ਕੰਮ ਸਭ ਤੋਂ ਜ਼ਿਆਦਾ ਆ ਕਿਉਂਕਿ ਇਹ ਆਪਣੇ ਚਿਹਰੇ ਤੋਂ ਇੱਕ ਗੱਲ ਕਰਨੀ ਨਾ ਉਹ ਬਹੁਤ ਔਖੀ ਗੱਲ ਆ ਅਤੇ ਬਹੁਤ ਵੱਡੀ ਗੱਲ ਆ ਅਤੇ ਸਾਰੇ ਦੇਖੋ ਸਾਰੇ ਜਿਹੜੇ ਕੈਰੇਕਟਰਸ ਨੇ ਨਟਖਟ ਹੈ ਸਾਰੇ ਕੌਮੇਡੀ 'ਚ ਹੈਗੇ ਨੇ ਇਹ ਇਕੱਲੀ ਕੁੜੀ ਹੈ ਜਿਹਦੇ ਉੱਤੇ ਨਾ ਰਿਸਪੋਂਸੀਬਿਲਟੀ ਹੈ ਲੋਕਾਂ ਨੂੰ ਇੱਕ ਇਨੋਸੈਂਸ ਦਿਖਾਉਣੀ ਆ ਕਿ ਉਹ ਕਨੈਕਟ ਕਰਨ ਜਦੋਂ ਇਹ ਰਹੂਗੀ ਬਾਕੀ ਰੋਣੇ ਚਾਹੀਦੇ ਨੇ ਉਹ ਦੇਖ ਕੇ ਕਿ ਇਸ ਕਰਕੇ ਉਹ ਚੀਜ਼ ਨਾ ਉਹ ਚੈਲੰਜਿੰਗ ਬਣਾਉਂਦੀ ਹੈ ਰੋਲ ਨੂੰ ਤੇ ਜਿਹੜੀ ਸਿਗਨਲ ਭੇਜ ਰਹੀ ਹੈ ਟਾਵਰ ਨਾਲ ਤੇ ਆ ਰਿਸੀਵਰ ਹੈਗਾ ਹੈ ਨਾ ਇਹ ਨਾ ਇੱਕ ਰਿਸੀਵ ਕਰਨਾ ਬਹੁਤ ਇੱਕ ਐਕਟਰ ਦੇ ਐਂਡ 'ਤੇ ਵੀ ਬਹੁਤ ਇੰਪੋਰਟੈਂਟ ਹੁੰਦਾ ਕਿਉਂਕਿ ਜਿਹੜਾ ਜਦ ਸਾਹਮਣੇ ਵਾਲਾ ਡਾਇਲੋਗ ਬੋਲਦਾ ਨਾ ਉਹਦੇ ਉੱਤੇ ਰਿਸਪੋਂਡ ਕਰਨਾ ਬਹੁਤ ਈਜ਼ੀ ਇੱਕ ਡਾਇਲੋਗ ਨਾਲ ਜਦ ਕੁਝ ਬੋਲਦਾ ਨਹੀਂ ਤਾਂ ਰਿਐਕਟ ਕਰਨਾ ਵੀ ਮੁਸ਼ਕਲ ਹੈ ਨਾ ਤਾਂ ਜਸ ਕੰਪੈਰੇਟਿਵਲੀ ਅਗਰ ਆਪਾਂ ਬਾਕੀ ਜਿਹੜੇ ਤੁਹਾਡੇ ਨਾਲ ਹੈਗੇ ਨੇ ਉਹਨਾਂ ਨਾਲ ਤੁਸੀਂ ਨਵੇਂ ਹੋ ਦੋਹੇ ਐਕਟਰਸ ਹੈ ਨਾ ਅਤੇ ਜਦ ਆਪਾਂ ਇੱਦਾਂ ਦੇਖ ਰਹੇ ਹਾਂ ਇੰਨੇ ਸਾਰੇ ਲੋਕ ਪਰਫੋਰਮ ਕਰ ਰਹੇ ਨੇ ਫਿਰ ਵੀ ਤੁਹਾਡੇ ਦੋਹਾਂ ਦਾ ਕੈਰੇਕਟਰ ਬਹੁਤ ਇੰਪੋਰਟੈਂਟ ਹੈ ਕੀ ਮਨ ਦੇ ਵਿੱਚ ਹੁੰਦਾ ਯਾਰ ਸਾਰੇ ਦੇਖ ਰਹੇ ਨੇ ਯਾਰ ਕਿਵੇਂ ਪਰਫੋਰਮੈਂਸ ਦੇ ਰਹੇ ਹਾਂ ਆਪਾਂ ਪਹਿਲਾਂ ਮੈਂ ਇਹੀ ਗੱਲ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਪਹਿਲੀ ਤਾਂ ਗੱਲ ਇਹ ਆ ਅਸੀਂ ਦੋ ਹੀ ਨਵੇਂ ਸੀ ਜਿੱਦਾਂ ਨਿੰਜੇ ਬਾਈ ਨੇ ਵੀ ਦੋ ਤਿੰਨ ਫਿਲਮਾਂ ਕੀਤੀਆਂ ਵਾਮਿਕਾ ਨੇ ਤਾਂ ਕਾਫੀ ਕੀਤੀਆਂ ਕਾਫੀ ਟਾਈਮ ਹੋ ਗਿਆ ਯੋਗਰਾਜ ਸਰ ਅਨਮੋਲ ਬਾਈ ਪ੍ਰਕਾਸ਼ ਗਾਦੂ ਗੁਰਮੀਤ ਸਾਜਨ ਮੇਰਾ ਇੱਕ ਸੀਨ ਸੀ ਉਹਨਾਂ ਨਾਲ ਦੋ ਵਾਰੀ ਮੈਂ ਕੀਤਾ ਅਤੇ ਮੈਨੂੰ ਡਾਇਰੈਕਟਰ ਨੇ ਓਕੇ ਕਰਤਾ ਬਟ ਜਦੋਂ ਮੈਂ ਰੀਪਲੇ ਦੇਖਿਆ ਅਤੇ ਮੈਨੂੰ ਲੱਗਿਆ ਵੀ ਇਹ ਹੋਰ ਵਧੀਆ ਹੋ ਸਕਦਾ ਮੈਂ ਕਰ ਸਕਦਾ ਅਤੇ ਮੈਂ ਤੀਜੀ ਵਾਰੀ ਜਦੋਂ ਗਿਆ ਮੈਂ ਟੋਟਲੀ ਨਰਵਸ ਹੋ ਗਿਆ ਉੱਥੇ ਅਤੇ ਕਰਮਜੀਤ ਅਨਮੋਲ ਬਾਈ ਆਇਆ ਉਹਨੇ ਮੈਨੂੰ ਆ ਕੇ ਇਹ ਗੱਲ ਕਹੀ ਕਿ ਜਸ ਤੂੰ ਇਹ ਨਾ ਸੋਚ ਵੀ ਮੈਂ ਕਰਮਜੀਤ ਅਨਮੋਲ ਹਾਂ ਉਹ ਯੋਗਰਾਜ ਬੈਠੇ ਆ ਜਾਂ ਗੁਰਮੀਤ ਸਾਜਨ ਰੂਪੀ ਮੈਮ ਸਾਰੇ ਬੈਠੇ ਆ ਤੂੰ ਇਹ ਸੋਚ ਕੇ ਇੱਕ ਕਰੈਕਟਰ ਨੇ
ਅਸੀਂ ਕਰੈਕਟਰਾਂ ਅਤੇ ਸਾਰੀ ਟੀਮ ਜਾਣੀ ਕਿ ਇੰਨੀ ਕੁ ਸਪੋਰਟਿਵ ਸੀ, ਸਾਰਿਆਂ ਨੇ ਸਾਡੀ ਐਡੀ ਹੈਲਪ ਕੀਤੀ, ਐਜ਼ ਅਨ ਇੱਦਾਂ ਟ੍ਰੀਟ ਹੀ ਨਹੀਂ ਕੀਤਾ ਕਿ ਉਹ ਕਿੱਡੇ ਮੰਜੇ ਹੋਏ ਕਲਾਕਾਰ ਨੇ, ਸਾਰੀ ਜ਼ਿੰਦਗੀ ਉਹਨਾਂ ਨੇ ਥੀਏਟਰ ਨੂੰ ਦਿੱਤੀ ਹੋਈ ਹੈ, ਫਿਲਮਾਂ ਨੂੰ ਦਿੱਤੀ ਹੋਈ ਹੈ, ਪਰ ਸਾਡੇ ਲਈ ਮੇਰੇ ਲਈ ਇਹ ਇੱਕ ਸੁਭਾਗੀ ਘੜੀ ਲਾ ਲਓ ਕਿ ਸਾਰਿਆਂ ਨੇ ਬਹੁਤ ਹੈਲਪ ਕੀਤੀ ਅਤੇ ਮੈਂ ਸਾਰਿਆਂ ਤੋਂ ਬਹੁਤ ਕੁਛ ਸਿੱਖਿਆ ਅਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਇੰਨੀ ਵਧੀਆ ਟੀਮ ਨਾਲ ਕੰਮ ਕੀਤਾ। ਇਸ਼ਾਨ ਦੀ ਤੁਸੀਂ ਗੱਲ ਕੀਤੀ, ਉਹ ਇੰਨਾ ਇਨੋਸੈਂਟ ਜਿਹਾ, ਤੂੰ ਬੋਲਦਾ ਹੈਗਾ ਕੁਛ। ਹਾਂ, ਜਦੋਂ ਸਾਡੀ ਫਿਲਮ ਚੱਲਦੀ ਸੀ, ਮੈਨੂੰ ਚੇਤੇ ਹੈ ਕਿ ਉਦੋਂ ਸਾਡੇ ਸ਼ੋਅਸ ਚੱਲਦੇ ਸੀ ਅਤੇ ਮੈਂ ਉਹਨੂੰ ਕਹਿਣਾ, ਯਾਰ ਵੀਰੇ ਮੈਂ ਲੇਟ ਬਹੁਤ ਹਾਂ, ਮੈਂ ਜਾਣਾ। ਉਹਨੇ ਕਹਿਣਾ, ਭਾਅ ਜੀ ਬਿਲੀਵ ਕਰੋ ਭਰਾ 'ਤੇ, ਵਧੀਆ ਹੋਏਗਾ, ਥੋੜ੍ਹਾ ਟਾਈਮ ਦਿਓ। ਬਟ ਉਸ ਬੰਦੇ ਦੀ ਮਿਹਨਤ ਨੂੰ ਮੈਂ ਸਲਿਊਟ ਕਰਦਾ ਕਿ ਉਹਨੇ ਇੰਨਾ ਵਧੀਆ ਕੰਮ ਕੀਤਾ। ਬੋਂਬੇ ਤੋਂ ਕਈ ਬੰਦੇ ਆਏ ਆ ਫਿਲਮ ਦੇਖ ਕੇ, ਪ੍ਰੋਪਰ ਬੈਕਗਰਾਊਂਡ ਜਿਹੜੀ ਆਪਾਂ ਦੇਖਣੀ ਆ, ਅਤੇ ਸਾਰੇ ਬਹੁਤ ਸਿਫਤਾਂ ਕਰਦੇ ਆ ਅਤੇ ਕਹਿ ਰਹੇ ਆ ਕਿ ਜਿਹਨੇ ਜਿਹਨੇ ਵੀ ਫਿਲਮ ਦੇਖੀ ਆ ਕਿ ਉਹ ਕਹਿ ਰਹੇ ਆ ਕਿ ਤੁਹਾਡਾ ਕੰਮ ਬਹੁਤ ਵਧੀਆ, ਤੁਹਾਡੀ ਕਹਾਣੀ ਬਹੁਤ ਵਧੀਆ, ਅਤੇ ਬਾਬਾ ਮਿਹਰ ਕਰੇ ਲੋਕਾਂ ਨੂੰ ਵੀ ਉਨੀ ਹੀ ਪਸੰਦ ਆਵੇ, ਕਿਉਂਕਿ ਸਾਡੀ ਸਾਰੀ ਟੀਮ ਦੀ ਮਿਹਨਤ ਬਹੁਤ ਆ ਜੀ ਉਹਦੇ ਵਿੱਚ। ਅਤੇ ਅੱਜ ਹੁਣ ਤੁਸੀਂ ਜਾਣਾ ਵੀ ਹੈਗਾ, ਤੁਹਾਡਾ ਸ਼ੋਅ ਵੀ ਹੈਗਾ, ਅਤੇ ਮੈਂ ਕਿਹਾ ਥੋੜ੍ਹੀ ਜਿਹੀ ਨਾ ਰਿਹਰਸਲ ਕਰਕੇ ਜਾਇਓ ਹੁਣ ਇੱਥੋਂ, ਹੈ ਨਾ। ਥੋੜ੍ਹੇ ਜਿਹਾ ਇੰਨੀ ਸੋਹਣੀ ਕੁੜੀ ਹੈ, ਹੈ ਨਾ, ਉਹਨੇ ਇੰਨਾ ਪਰ ਕਿੰਨਾ ਮਿਹਨਤ ਲਾ ਕੇ ਤਿਆਰ ਹੋਈ ਹੈ ਨਾ, 3.5 ਘੰਟੇ ਲੱਗੇ ਸੀ ਨਾ ਅੱਜ। ਬਸ ਇਹ ਯਾਰ ਦੇਖੋ, ਘੰਟੇ ਨਾ ਦੇਖੋ, ਮਾਸਟਰਲੀ ਹੋਣਾ ਪੈਂਦਾ, ਹੁਣ ਹੋ ਗਿਆ, ਬਹੁਤ ਸੋਹਣਾ ਆਇਆ। ਚਲੋ ਰੋਜ਼ ਵੇ। ਸੋ ਸਾਡਾ ਗਾਣਾ ਫਿਲਮ ਦਾ, ਉਹ ਤੇਰੇ ਉੱਤੇ ਆ ਗਏ ਆਇਆ ਦਿਲ ਪਤਲੋ, ਰੋਜ਼ ਰੋਜ਼ ਦੱਸ ਕਿੰਨੀਆਂ ਤੇ ਆਉਂਦਾ ਏ, ਪੈਂਡਿੰਗ ਦੇ ਵਿੱਚ ਰੱਖੀ ਫਿਰਾਂ ਔਫਰਾਂ, ਹੁਣ ਇਹ ਨਾ ਕਹੀਂ ਕਿ ਕੱਲਾ ਤੈਨੂੰ ਚਾਹੁੰਦਾ ਏ, ਜਿੰਨੀ ਛੇਤੀ ਪੱਟਣੇ ਨੂੰ ਤੂੰ ਫਿਰਦੈ, ਇੰਨੀ ਛੇਤੀ ਮਸਲੇ ਦਾ ਜੱਟਾ ਹੋਣਾ ਹੱਲ ਨੀ, ਆਓ ਜੱਟ ਦੇ ਕਹੇ ਤੇ ਸਰਕਾਰ ਹਿੱਲਦੀ, ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨੀ, ਜੱਟ ਦੇ ਕਹੇ ਤੇ ਸਰਕਾਰ ਹਿੱਲਦੀ, ਦਿਲ ਨੂੰ ਹਿਲਾਉਣਾ ਬਹੁਤੀ ਵੱਡੀ ਗੱਲ ਨੀ। ਥੈਂਕ ਯੂ, ਵਿਸ਼ ਯੂ ਆਲ ਦਾ ਬੈਸਟ ਦੋਹਾਂ ਨੂੰ, ਕਿ ਤੁਹਾਨੂੰ ਦੋਹਾਂ ਨੂੰ ਬਹੁਤ ਸਾਰਾ ਪਿਆਰ ਮਿਲੇ, ਠੀਕ ਹੈ, ਅਤੇ ਜਾਓ ਹੁਣ ਤੁਸੀਂ ਫਟਾਫਟ ਨਿਕਲ ਜਾਓ, ਇਹਨਾਂ ਦੀ ਬੰਦੇ ਬਹੁਤ ਵੇਟ ਕਰ ਰਹੇ ਨੇ ਪੂਰੀ ਤਰ੍ਹਾਂ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਜੈਸਮੀਨ, ਬਹੁਤ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਵੀ ਗੱਲ ਕਰਕੇ। ਫਿਲਹਾਲ ACG ਫਿਲਮ ਦੂਰਬੀਨ ਦੇ ਦੋ ਉਹ ਸਿਤਾਰੇ ਜੋ ਕਿ ਤੁਹਾਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣਗੇ 27 ਸਪਤੰਬਰ ਨੂੰ। ਭਵਨੀਤ ਕੌਸ਼ਲ ਦੇ ਨਾਲ, ਭਵਨੀਤ ਕੌਸ਼ਲ ਦੇ ਨਾਲ ਗਿਰੀਸ਼ ਸ਼ਰਮਾ ਸਾਈਨਿੰਗ ਆਫ।